ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਮੈਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਜਿਹੜੇ ਸਾਂਝੇ ਕਰ ਸਕਾਂ ਤੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਮੈਂ ਇਹ ਇੱਕ ਬਲਾਊਜ਼ ਬਣਾ ਰਹੀ ਸੀ ਜੋ ਬਣ ਕੇ ਕੰਪਲੀਟ ਹੋ ਗਿਆ ਬਹੁਤ ਹੀ ਸੋਹਣਾ ਆਪਣਾ ਬਲਾਊਜ਼ ਬਣਿਆ ਇਹ ਇਸ ਦੇ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ। ਬਾਰਡਰ ਦੀ ਬਣਾਈ ਕਿੰਨੇ ਇਸ ਵਿੱਚ ਕੁੰਡੇ ਪਾਏ ਹੋਏ ਆ। ਤੇ ਉੱਪਰਲੇ ਡਿਜ਼ਾਈਨ ਦੀ ਬਣਾਈ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ। ਬਹੁਤ ਹੀ ਸੋਹਣਾ ਬਲਾਊਜ਼ ਆਪਣਾ ਬਣ ਕੇ ਤਿਆਰ ਹੋਇਆ ਇਹ। ਤੇ ਗਲੇ ਉੱਤੇ ਇਸ ਤਰ੍ਹਾਂ ਮੋਤੀ ਲਗਾਏ ਹੋਏ ਆ। ਤੇ ਗਲੇ ਉੱਪਰ ਮੈਂ ਕਰੋਸ਼ਗੇ ਨਾਲ ਕਿੰਗਰੀ ਲਗਾਈ ਹੋਈ ਹੈ। ਜੋ ਅੱਜ ਮੈਂ ਤੁਹਾਨੂੰ ਲਾਉਣੀ ਇਹ ਦੱਸਾਂਗੀ ਵੀ ਇਹ ਕਿਸ ਤਰ੍ਹਾਂ ਲਗਾਈ ਹੋਈ ਹੈ ਗਲੇ ਉੱਪਰ ਜਿਹੜੀ ਕਰੋਸ਼ੀ ਦੇ ਨਾਲ ਕਿੰਗਰੀ ਉਹ ਆਪਣੀ ਲੱਗ ਚੁੱਕੀ ਹੈ ਤੇ ਅੱਜ ਮੈਂ ਤੁਹਾਨੂੰ ਇਹ ਅਲੱਗ ਕਲਰ ਨਾਲ ਥੋੜੀ ਜਿਹੀ ਇਸ ਤਰ੍ਹਾਂ ਮੋਢੇ ਤੇ ਲਗਾਉਣੀ ਹੈ ਦੱਸਾਂਗੀ ਉਸੇ ਤਰ੍ਹਾਂ ਆਪਾਂ ਗਲੇ ਤੇ ਲਗਾ ਲੈਣੀ ਹੈ ਇਹ ਇਹ ਮੈਂ ਵਾਈਟ ਕਲਰ ਨਾਲ ਤੁਹਾਨੂੰ ਦੱਸਾਂਗੀ ਤਾਂ ਜੋ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝ ਆ ਜਾਵੇ ਆਪਾਂ ਆਪਣਾ ਤਾਗਾ ਜਿਹੜਾ ਇਸ ਤਰ੍ਹਾਂ ਹੀ ਲਗਾ ਲੈਣਾ ਇਹ ਆਪਾਂ ਮੋਢੇ ਦੇ ਜਿਹੜਾ ਆਪਾਂ ਗਲੇ ਤੇ ਕਿੰਗਰੀ ਲਗਾਉਣੀ ਹੈ ਤਾਂ ਜਿਹੜਾ ਆਪਣਾ ਇਹ ਮੋਢੇ ਦਾ ਜੋੜ ਹੈ ਇੱਥੋਂ ਆਪਣਾ ਤਾਗਾ ਲਾ ਲੈਣਾ ਤੇ ਇੱਥੋਂ ਆਪਾਂ ਸ਼ੁਰੂ ਕਰ ਦੇਣੀ ਆਪਣੀ ਕਿੰਗਰੀ ਲਗਾਉਣੀ ਪਹਿਲਾਂ ਆਪਣਾ ਜਿਹੜਾ ਆਪਾਂ ਤਾਗਾ ਇਸ ਤਰ੍ਹਾਂ ਲਾ ਲੈਣਾ ਹੈ ਮੇਰੇ ਕੋਲੇ 11 ਨੰਬਰ ਕਰੋਸ਼ ਗਿਆ ਇਹ ਫਿਰ ਉਸ ਤੋਂ ਬਾਅਦ ਕਰੋਸ਼ਗੇ ਤੇ ਵਾਲ ਇਸ ਤਰ੍ਹਾਂ ਆਪਾਂ ਪਾ ਲੈਣਾ ਤੇ ਉਸੇ ਹੌਲ ਵਿੱਚੋਂ ਜਿੱਥੋਂ ਆਪਾਂ ਇਹ ਤਾਗਾ ਕੱਢਿਆ ਸੀ ਨੋਟ ਲਗਾਈਏ ਇਸ ਨੂੰ ਆਪਾਂ ਕੱਢ ਲੈਣਾ ਦੁਬਾਰਾ ਤੇ ਇੱਕ ਵਾਲ ਕਰੋਗੇ ਤੇ ਹੋਰ ਦੇ ਲੈਣਾ ਇਸ ਤਰ੍ਹਾਂ ਇਹ ਆਪਣੇ ਦੋ ਕੁੰਡੇ ਹੋਗੇ ਦੋ ਤੋਂ ਆਪਾਂ ਇੱਕ ਬਣਾ ਲੈਣਾ ਫੇਰ ਆਪਾਂ ਇਸ ਦੀਆਂ ਤਿੰਨ ਚੈਨ ਬਣਾਉਣੀਆਂ ਇੱਕ ਦੋ ਤਿੰਨ ਹੁਣ ਕਰੋਸ਼ਗੇ ਤੇ ਆਪਾਂ ਵਲ ਦੇ ਲੈਣਾ ਇਸ ਤਰ੍ਹਾਂ ਫੇਰ ਆਪਾਂ ਉਸੇ ਹੌਲ ਵਿੱਚੋਂ ਇਸ ਨੂੰ ਕੱਢਣਾ ਤਿੰਨ ਵਾਰ ਆਪਾਂ ਇਸੇ ਤਰ੍ਹਾਂ ਹੀ ਕੱਢਣਾ ਤਿੰਨ ਵਾਰੀ ਇੱਕ ਵਾਰ ਆਪਾਂ ਇਸ ਤਰ੍ਹਾਂ ਇਹ ਜੇ ਆਪਾਂ ਬਣਾ ਲਏ ਤਿੰਨ ਕੁੰਡੇ ਹੁਣ ਤਿੰਨ ਦੇ ਆਪਾਂ ਦੋ ਬਣਾਵਾਂਗੇ ਦੋ ਤੋਂ ਇੱਕ ਹੁਣ ਫੇਰ ਆਪਾਂ ਕਰੋਸ਼ਕੇ ਤੇ ਵਾਲ ਪਾਉਣ ਫੇਰ ਉਸੇ ਹੌਲ ਵਿੱਚ ਇਸ ਤਰ੍ਹਾਂ ਆਪਾਂ ਕੱਢਣਾ ਕਰੋਸ਼ਕਾ ਇਹ ਆਪਣਾ ਦੋ ਵਾਰ ਹੋ ਗਿਆ ਇਹ ਆਪਣੇ ਫੇਰ ਤਿੰਨ ਕੁੰਡੀਆਂ ਟੈਂਟ ਤੋਂ ਦੋ ਕਰਾਂਗੇ ਦੋ ਤੋਂ ਇੱਕ ਕਰਾਂਗੇ ਫਿਰ ਆਪਾਂ ਕਰੋਸ਼ ਗੇਟ ਜਿਹੜਾ ਵਾਲ ਪਾਣਾ ਉਸੇ ਹੌਲ ਵਿੱਚੋਂ ਦੁਬਾਰਾ ਕੱਢਣਾ ਫਿਰ ਕਰੋਸ਼ ਗੇ ਤੇ ਵਾਲ ਪਾ ਕੇ ਉਸੇ ਹੌਲ ਵਿੱਚੋਂ ਆਪਾਂ ਕੱਢਣਾ ਫਿਰ ਤਿੰਨ ਕੁੰਡੀਆਂ ਦੇ ਆਪਾਂ ਦੋ ਬਣਾਉਣੀਆਂ ਦੋ ਤੋਂ ਇੱਕ ਬਣਾਉਣਾ ਹੁਣ ਆਪਾਂ ਦੋ ਚੈਨ ਛੱਡ ਕੇ 1 2 ਤੀਸਰੀ ਚੈਨ ਵਿੱਚੋਂ ਇਸ ਨੂੰ ਕੱਢਣਾ ਹੁਣ ਆਪਾਂ ਜਿਹੜੇ ਤੀਸਰੀ ਚੈਨ ਵਿੱਚੋਂ ਇਸ ਨੂੰ ਕੱਢਣਾ ਆਪਾਂ ਕਰੋਸ਼ ਕੇ ਤੇ ਵਾਲ ਨਹੀਂ ਪਾਉਣਾ ਆਪਾਂ ਇਸ ਤਰ੍ਹਾਂ ਕੱਢ ਲੈਣਾ ਸੀ ਕਰੋਸ਼ ਕੇ ਤੇ ਵਾਲ ਪਾ ਕੇ ਫਿਰ ਇਸ ਤਰ੍ਹਾਂ ਵਿੱਚੋਂ ਕੱਢ ਲੈਣਾ ਇਸ ਤਰ੍ਹਾਂ ਹੁਣ ਇਹ ਆਪਣੇ ਦੋ ਕੁੰਡੇ ਦੋ ਤਾਂ ਆਪਾਂ ਇੱਕ ਬਣਾਵਾਂਗੇ ਫਿਰ ਆਪਾਂ ਤਿੰਨ ਵਾਰ ਤਿੰਨ ਚੈਨ ਬਣਾਵਾਂਗੇ 1 2 10 ਹੁਣ ਆਪਾਂ ਜਿਹੜੀ ਆਪਣੀ ਇਹ ਵਾਲੀ ਹੋਲ ਹੈ ਇਹ ਦੋ ਚੈਣਾ ਛੱਡੀਆਂ ਸੀ ਆਪਾਂ ਤੇ ਇਹ ਹੋਲ ਵਿੱਚੋਂ ਇਸ ਨੂੰ ਕੱਢਾਂਗੇ ਆਪਾਂ ਕਰੋਸ਼ ਕੇ ਤੇ ਵਾਲ ਪਾ ਲੈਣੇ ਤਿੰਨ ਵਾਰ ਆਪਾਂ ਐਸੇ ਤਰ੍ਹਾਂ ਹੀ ਕਰਾਂਗੇ ਤਿੰਨ ਇਹ ਆਪਣੇ ਤਿੰਨ ਕੁੰਡੇ ਹੋਗੇ ਤਿੰਨ ਤੋਂ ਦੋ ਬਣਾਵਾਂਗੇ ਦੋ ਤੋਂ ਇੱਕ ਹੁਣ ਫੇਰ ਆਪਾਂ ਕਰੋਸ਼ ਕੇ ਤੇ ਵਾਲ ਪਾਵਾਂਗੇ ਉਸੇ ਹੋਲ ਵਿੱਚੋਂ ਆਪਾਂ ਇਸ ਨੂੰ ਕੱਢਾਂਗੇ ਤਿੰਨ ਕੁੰਡੇ ਆਪਣੇ ਤਿੰਨ ਤੋਂ ਦੋ ਬਣਾ ਲੈਣੇ ਦੋ ਤੋਂ ਇੱਕ ਹੁਣ ਤੀਸਰੀ ਵਾਰ ਫੇਰ ਆਪਾਂ ਉਸੇ ਹੌਲ ਵਿੱਚੋਂ ਕੱਢਾਂਗੇ ਕਰੋ ਰੋਹ ਕਿਤੇ ਵਾਲ ਪਾ ਲੈਣੇ ਫੇਰ ਇਸ ਤਰ੍ਹਾਂ ਆਪਾਂ ਕੱਢ ਲੈਣਾ ਇਹ ਆਪਣੇ ਤਿੰਨ ਕੁੰਡੇ ਤਿੰਨ ਦੇ ਦੋ ਕਰ ਲੈਣੇ ਦੋ ਤੋਂ ਇੱਕ ਕਰ ਲੈਣੇ ਹੁਣ ਜਦੋਂ ਆਪਾਂ ਦੋ ਚੈਣਾਂ ਛੱਡ ਕੇ ਤੀਸਰੀ ਚੈਣ ਵਿੱਚ ਦੀ ਇਸ ਨੂੰ ਕੱਢਣਾ ਉਦੋਂ ਆਪਾਂ ਕਰੋਸ਼ਗੇ ਤੇ ਵਾਲ ਨਹੀਂ ਪਾਉਣਾ ਸੈਂਪਲ ਆਪਾਂ ਇਸ ਤਰ੍ਹਾਂ ਇਸ ਨੂੰ ਜਿਹੜਾ ਤੀਸਰੀ ਚੈਨ ਵਿੱਚੋਂ ਕੱਢ ਲੈਣਾ ਤੇ ਕਰੋਸ਼ਗੇ ਤੇ ਵਾਲ ਪਾ ਕੇ ਇਸ ਤਰ੍ਹਾਂ ਦੋ ਕੁੰਡੇ ਬਣਾ ਲੈਣੇ ਦੋ ਤੋਂ ਇੱਕ ਬਣ ਗਿਆ ਹੁਣ ਆਪਾਂ ਫੇਰ ਤਿੰਨ ਚੈਨਾ ਬਣਾਉਣੇ ਇੱਕ ਦੋ ਤਿੰਨ ਫੇਰ ਆਪਾਂ ਜਿਹੜੀਆਂ ਹੁਣੇ ਦੋ ਚੈਣਾ ਛੱਡੀਆਂ ਇੱਥੇ ਆਪਣੀ ਹੋਲ ਬਣੀ ਐ ਤਿੰਨ ਵਾਰ ਆਪਾਂ ਐਸੇ ਵਜਦੀ ਇਸ ਨੂੰ ਕੱਢਾਂਗੇ ਕਰੋਸ਼ਗੇ ਤੇ ਵਾਲ ਪਾਇਆ ਤਿੰਨ ਕੁੰਡੇ ਬਣ ਗਏ ਤਿੰਨ ਤੋਂ ਦੋ ਬਣ ਗਏ ਦੋ ਤੋਂ ਇੱਕ ਫੇਰ ਕਰੋਸ਼ਗੇ ਤੇ ਵਾਲ ਪਾਉਣ ਉਸੇ ਹੋਲ ਵਿੱਚੋਂ ਕੱਢਣ ਤਿੰਨ ਕੁੰਡੇ ਬਣ ਗਏ ਤਿੰਨ ਤੋਂ ਦੋ ਦੋ ਤੋਂ ਇੱਕ ਫੇਰ ਤੀਸਰੀ ਵਾਰ ਆਪਾਂ ਉਸੇ ਹੋਲ ਵਿੱਚੋਂ ਕੱਢਾਂਗੇ ਕਰੋਸ਼ਗੇ ਤੇ ਵਾਲ ਪਾਇਆ ਤਿੰਨ ਕੁੰਡੇ ਬਣ ਗਏ ਤਿੰਨ ਤੋਂ ਦੋ ਬਣ ਗਏ ਦੋ ਤੋਂ ਇੱਕ ਹੁਣ ਜਦੋਂ ਆਪਾਂ ਫੇਰ ਦੋ ਚੈਣਾਂ ਛੱਡਾਂਗੇ ਤੀਸਰੀ ਚੈਣ ਵਿੱਚੋਂ ਕੱਢਣਾ ਇਸ ਨੂੰ ਸਿੰਪਲ ਕੱਢਣਾ ਉਹਦੋਂ ਆਪਾਂ ਕਰੋਗੇ ਤੇ ਇਸ ਤਰ੍ਹਾਂ ਵਾਲ ਨਹੀਂ ਪਾਉਣਾ ਦੋ ਕੁੰਡੇ ਹੋ ਗਏ ਆਪਣੇ ਦੋ ਤੋਂ ਇੱਕ ਹੁਣ ਫੇਰ ਆਪਾਂ ਤਿੰਨ ਚੈਣਾ ਬਣਾਉਣੀ ਆ ਇੱਕ ਦੋ ਤਿੰਨ ਜਿਹੜੀਆਂ ਆਪਾਂ ਇਹ ਦੋ ਚਾਣਾ ਛੱਡੀਆਂ ਸੀ ਇਸ ਹੌਲ ਵਿੱਚੋਂ ਆਪਾਂ ਇਸ ਨੂੰ ਤਿੰਨ ਵਾਰ ਕੱਢਾਂਗੇ ਕਰੋਸ਼ਗੇ ਤੇ ਵਾਲ ਪਾਇਆ ਤਿੰਨ ਕੁੰਡੇ ਬਣ ਗਏ ਆਪਣੇ ਤਿੰਨ ਤੋਂ ਦੋ ਦੋ ਤੋਂ ਇੱਕ ਫੇਰ ਕਰੋਸ਼ਗੇ ਤੇ ਵਾਲ ਪਾਉਣਾ ਉਸੇ ਹੌਲ ਵਿੱਚੋਂ ਕੱਢਣਾ ਤਿੰਨ ਕੁੰਡੇ ਬਣ ਗਏ ਤਿੰਨ ਤੋਂ ਦੋ ਦੋ ਤੋਂ ਇੱਕ ਫੇਰ ਕਰੋਸ਼ਗੇ ਤੇ ਵਾਲ ਪਾਉਣਾ ਤਿੰਨ ਕੁੰਡੇ ਬਣ ਗਏ ਤਿੰਨ ਤੋਂ ਦੋ ਦੋ ਤੋਂ ਇੱਕ ਹੁਣ ਫੇਰ ਆਪਾਂ ਦੁਬਾਰਾ ਦੋ ਚੈਣਾ ਛੱਡ ਕੇ ਤੀਸਰੀ ਚੈਣ ਵਿੱਚ ਇਸ ਤਰ੍ਹਾਂ ਕੱਢ ਲੈਣਾ ਇਸੇ ਤਰ੍ਹਾਂ ਆਪਾਂ ਗਲੇ ਤੇ ਆਪਣੀ ਜਿਹੜੀ ਲੈਸ ਆ ਉਹ ਲਗਾ ਲੈਣੀ ਹੈ ਜੇਕਰ ਮੈਂ ਤੁਹਾਨੂੰ ਰੈੱਡ ਤੇ ਰੈੱਡ ਕਲਰ ਨਾਲ ਹੀ ਦੱਸਦੀ ਸੀ ਚੈਣ ਲਗਾਉਣੀ ਤੇ ਚੰਗੀ ਤਰ੍ਹਾਂ ਜਿਹੜੀ ਤੁਹਾਨੂੰ ਸਮਝ ਨਹੀਂ ਸੀ ਆਉਣੀ ਇਸ ਲਈ ਮੈਂ ਵਾਈਟ ਕਲਰ ਨਾਲ ਦੱਸੀ ਹੋਈ ਹੈ 레드 ਕਲਰ ਤੇ ਲਗਾ ਕੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਇਹ ਸਮਝ ਆ ਜਾਵੇ ਇਸੇ ਤਰ੍ਹਾਂ ਆਪਾਂ ਗਲੇ ਤੇ ਲੈਸ ਆ ਜਿਹੜੀ ਆਪਣੀ ਲਗਾ ਲੈਣੀ ਹੈ ਜੇਕਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਉਹ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੈਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਜਿਹੜੇ ਉਹ ਸਾਂਝੇ ਕਰ ਸਕਾਂ ਧੰਨਵਾਦ